ਬਿਸਮਿਲ੍ਲਾ ਰਹਿਮਾਨ ਰਹੀਮ। ਅਸਲਾਮ ਅਲੈਕੁਮ ਦੋਸਤੋ, ਤੁਸੀਂ ਵੇਖ ਰਹੇ ਹੋ ਐਤਮਾਦ ਟੀ ਵੀ ਅਤੇ ਮੈਂ ਤੁਹਾਡਾ ਦੋਸਤ ਮਨਜ਼ੂਰ ਅਹਿਮਦ। ਦੋਸਤੋ, ਪਹਿਲੇ ਵੀ ਤੁਹਾਡੇ ਵਾਸਤੇ ਬਹੁਤ ਹੀ ਖੂਬਸੂਰਤ ਜਾਨਵਰਾਂ ਦੀ ਵੀਡੀਓ ਲੈ ਕੇ ਹਾਜ਼ਰ ਹੁੰਦੇ ਹਾਂ। ਅੱਜ ਫਿਰ ਲੈ ਕੇ ਆਏ ਹਾਂ ਇੱਕ ਪਹਿਲਾਂ ਜੋਟੀ, ਖੂਬਸੂਰਤ ਹੈ ਮਾਸ਼ਾਅੱਲਾ। ਪਹਿਲਾਂ ਨੇ ਵੈਸੇ ਹੈ ਥੋੜ੍ਹੀ ਜਿਹੀ ਨਾ ਮਾੜੀ, ਉਹ ਬਾਕੀ ਮਾਲਕ ਨੂੰ ਪੁੱਛਣੇ ਆ ਵੀ ਮਾੜੀ ਕਿਉਂ ਹੈ ਜਾਂ ਕੀ ਹਿਸਾਬ ਹੈ। ਦੋਸਤੋ, ਜੋਟੀ ਵੇਖਣ ਤੋਂ ਪਹਿਲਾਂ ਸਾਡੇ ਚੈਨਲ ਨੂੰ ਕਰੋ ਸਬਸਕ੍ਰਾਈਬ ਅਤੇ ਬੈੱਲ ਆਈਕਨ ਦਾ ਬਟਨ ਜ਼ਰੂਰ ਪ੍ਰੈਸ ਕਰੋ ਤਾਂ ਕਿ ਸਾਡੀ ਹਰ ਆਉਣ ਵਾਲੀ ਵੀਡੀਓ ਤੁਹਾਡੇ ਤੱਕ ਬਿਲਕੁਲ ਆਸਾਨੀ ਦੇ ਨਾਲ ਪਹੁੰਚ ਸਕੇ। ਉਸ ਬਾਅਦ ਦੋਸਤੋ, ਕੋਈ ਛੋਟੀਆਂ ਜਿਹੀਆਂ ਦੋ ਰਿਕੁਐਸਟ ਹਨ, ਰਿਕੁਐਸਟ ਬਲਕਿ ਅਸੀਂ ਸ਼ੁਕਰੀਆ ਅਦਾ ਕਰਨਾ ਹੈ ਆਪਣਾ। ਅਸੀਂ ਗਏ ਸੀ ਜੀ ਗੁਜਰਾਤ, ਹਾਜੀ ਅਰਫਾਜ਼ ਕਰਨਾਨਾ ਚੈਨਲ ਵਾਲੇ ਸਾਡੇ ਉਸਤਾਦੇ ਮੋਹਤਰਮੈਨ ਹਾਜੀ ਮੁਹੰਮਦ ਅਰਫਾਜ਼ ਸਾਹਿਬ, ਉਹਨਾਂ ਦਾ ਸ਼ੁਕਰੀਆ ਅਦਾ ਕਰਨਾ ਹੈ। ਕਰਨਾਨਾ ਚੈਨਲ ਦੀ ਟੀਮ ਦਾ ਸ਼ੁਕਰੀਆ ਅਦਾ ਕਰਨਾ ਹੈ, ਗੁਜਰਾਤ ਵਾਲਿਆਂ ਦਾ ਸ਼ੁਕਰੀਆ ਅਦਾ ਕਰਨਾ ਹੈ। ਪਹਿਲੀ ਵੀਡੀਓ 'ਚ ਮੈਂ ਅਲਹਮਦੁਲਿਲਾ ਉਹਨਾਂ ਦੇ ਬਾਰੇ ਕਿਹਾ ਅਤੇ ਇਨਸ਼ਾਅੱਲਾ ਫਿਰ ਵੀ ਕਹਿੰਦਾ ਰਹਾਂਗੇ। ਸਾਡੇ ਉਸਤਾਦ ਹਨ, ਸਾਡੇ ਮੋਹਤਰਮੈਨ, ਅਸੀਂ ਦਿਲ ਦੀਆਂ ਥਾਂ ਗਹਿਰਾਈਆਂ ਨਾਲ ਸ਼ੁਕਰੀਆ ਅਦਾ ਕਰਨੇ ਹਾਂ। ਦੋਸਤੋ, ਜੋਟੀ ਵੇਖੋ, ਫਿਰ ਆਪਾਂ ਮਾਲਕ ਨਾਲ ਗੱਲ ਕਰਨੇ ਹੈਗੇ। ਬਸ ਸਾਨੂੰ ਪਤਾ ਲੇਟ ਲੱਗਿਆ ਵੀ ਤੁਸੀਂ ਵੇਚਣੀ ਹੈ। ਅੱਗੇ ਥੋੜ੍ਹਾ ਜਿਹਾ ਜੇ ਥੱਲੇ ਨਾ ਥੱਲੇ ਕਰਕੇ ਵਿਸ਼ਾਲ ਹੋ। ਵੈਸੇ ਡਰੀ ਖਲੋਤੀ, ਕੋਈ ਨੀ, ਖੈਰ ਇੰਨਾ ਤੰਗ ਨਾ ਕਰੋ, ਵਿਖਾਲ ਹੋ ਸੱਚੀ ਤਰ੍ਹਾਂ। ਬਸ ਠੀਕ, ਆਓ ਜੀ। ਜੀ ਦਿਖਾ ਲਈ ਨੇ ਜੁੱਟੀ ਸਾਰੀ, ਖਾਣ ਅੱਗੋਂ ਦਿਖਾਈ ਨੇ, ਡਰੀ ਖਲੋਤੀ। ਚੱਲ ਬਸ ਬਸ ਕਰੋ, ਇਦੋਂ ਨਾਲ ਡੇਗਦੀ ਪੀ ਨੇ, ਛੱਡ ਲਓ ਇਹਨੂੰ ਨਾ, ਵੈਸੇ ਉਹਦੇ ਆਓ ਬਾਈ ਹੋਰਾਂ ਤੁਸੀਂ। ਅਸਲਾਮ ਅਲੈਕੁਮ ਜੀ, ਕੀ ਹਾਲ ਹੈ ਬਾਈ ਜਾਨ? ਠੀਕ ਹੋ? ਖੈਰੀਅਤ ਤੇ ਨਾਮ ਕੀ ਹੈ? ਮੁਹੰਮਦ ਮਕਸੂਦ ਅਹਿਮਦ ਨਾਮ ਹੈ। 414 ਜਿਲ੍ਹਾ, ਇੱਕ ਪਹਿਲੇ ਵੀ 414 ਪਿੰਡ ਦੀ ਵੀਡੀਓ ਬਣਾਈ ਅਤੇ ਇਹ ਵੀ ਇੱਥੋਂ ਬਣਾਉਂਦੇ ਸਰ। ਮਕਸੂਦ ਸਾਹਿਬ, ਇਹ ਕਦੋਂ ਦੀ ਸੂਵੀ ਹੋਈ ਨੇ? 3 ਦਿਨ ਹੋ ਗਏ ਨੇ। 3 ਦਿਨ ਸੂਵੀ ਨੂੰ ਹੋ ਗਏ ਨਾ? ਥੱਲੇ ਅੰਦਰ ਕੀ ਹੈ ਬੱਚਾ? ਕੱਟੀ ਹੈ ਜੀ, ਕੱਟੀ ਥੱਲੇ ਸੀ। ਚਲੋ ਵੀ ਵਿਖਾਉਂਦੇ ਹਾਂ। ਅੱਛਾ, 3 ਦਿਨ ਸੂਵੀ ਨੂੰ ਹੋ ਗਏ ਅਤੇ ਇਹਦਾ ਦੁੱਧ ਥੱਲੇ ਜਿਹੜਾ ਬੋਲ ਆਇਆ ਇਸ ਟਾਈਮ, ਉਹ ਤੁਸੀਂ ਕਿੰਨਾ 'ਚ ਹੋਇਆ? ਅਸਾਂ ਤਾਂ 3 ਕਿਲੋ 'ਚ ਹੋਇਆ ਅਤੇ ਦੂਸਰਾ ਬੱਚੇ ਨੂੰ ਛੱਡਿਆ ਹੈ, ਉਹ ਵੀ ਬਸ ਮਤਲਬ ਕਿ ਮੁਕੰਮਲ 3 ਕਿਲੋ 'ਚ ਹੋਇਆ। ਬੱਚੇ ਨੇ ਬੱਚੇ ਨੂੰ ਕਿੰਨਾ ਛੱਡਿਆ ਨੇ? ਅਗਲੇ ਸਾਲ ਛੱਡੇ ਨੇ, ਪਿਛਲੇ ਸਾਲ ਛੱਡੇ ਨੇ? ਪਿਛਲੇ ਛੱਡੇ ਨੇ।
ਠੀਕ ਹੋ ਗਿਆ ਮਤਲਬ ਕਿ ਤੁਸੀਂ ਬੱਚੇ ਨੂੰ ਜ਼ਿਆਦਾ ਛੱਡਿਆ ਆ ਕੇ ਵੀ ਸਰਦੀ ਆ ਗਈ ਬਸ ਅਸਾਂ ਤਾਂ ਨਾ ਚੋਇਆ ਬੋਲਾ ਚਾਹੀਦਾ ਕੋਈ 3 ਕਿਲੋ ਅਡਾਈ 3 ਕਿਲੋ ਹੋ ਗਿਆ ਪੱਕਾ ਦੱਸੋ ਨਾ ਅਡਾਈ ਕਿ 3 ਕਿਲੋ 3 ਕਿਲੋ ਪੱਕਾ ਚੋਇਆ ਨੇ ਇਹ ਕਿਤਨੀਆਂ ਚੋਇਆ ਸਾਈਡ ਇਚੋ ਸਾਈਡ ਵਾਲੇ ਥਣਾ ਇਚੋ ਹਾਂ ਪਾਸੇ ਵਾਲੇ ਠੀਕ ਪਾਸੇ ਵਾਲੇ ਦੋਵੇਂ ਚੋਇਆ ਅੱਛਾ ਪਾਸੇ ਵਾਲੇ ਦੋ ਥਣ ਇਹਨਾਂ ਨੇ ਚੋਇਆ ਦੋ ਮਤਲਬ ਕਿ ਸਾਈਡ ਵਾਲੇ ਥਣ ਬੱਚੇ ਨੂੰ ਛੱਡ ਕੇ 3 ਕਿਲੋ ਕਹਿ ਰਹੇ ਨੇ ਅਡਾਈ ਕਰ ਲਓ 3 ਕਿਲੋ ਚਾਰ ਇਹ ਤੁਹਾਡੇ ਵੱਡੇ ਬਾਈ ਚੋਂਦੇ ਨੇ ਮੇਰਾ ਖਿਆਲ ਲੱਗਦਾ ਤੁਸੀਂ ਸਟੂਡੈਂਟ ਲੱਗਦੇ ਹੋ ਇਹ ਜ਼ਿਆਦਾ ਦੇਖਭਾਲ ਉਹ ਕਰਦੇ ਨੇ ਇਹਦੀ ਬਾਈ ਇਹਨਾਂ ਦੇ ਹੈਂਡ ਮਤਲਬ ਕਿ ਜ਼ਿਆਦਾ ਪੱਠਿਆਂ ਦੀ ਦੇਖਭਾਲ ਉਹ ਕਰਦੇ ਨੇ ਉਹ ਇਸ ਟਾਈਮ ਹੈਂਡ ਕੋਈ ਨਹੀਂ ਅਤੇ ਅਸੀਂ ਆ ਕੇ ਚਲੋ ਵੀਡੀਓ ਇਹ ਬਣਵਾ ਦਿੰਦੇ ਨੇ ਅਤੇ ਕੋਈ ਬਾਈ ਉਹਦੀ ਕੋਈ ਦੱਸ ਗਏ ਨੇ ਇਹਦਾ ਕੀ ਹਿਸਾਬ ਕਿਤਾਬ ਕੋਈ ਪੈਸਿਆਂ ਦਾ ਤੁਹਾਨੂੰ ਦੱਸਿਆ ਤਾਂ ਉਸਨੇ ਆਖਿਰ ਗਾਰੇ 'ਚ 1,60,000 ਇਹ ਉਹ 10 ਗਣ ਹਾਂਜੀ ਤੇ ਜਿਹੜੇ ਉਹ ਨਾ ਆਖਿਆ ਵੀ ਅਖੀਰੀ ਨਾਪ ਲਵੇਂ ਤੂੰ ਇਹਨਾਂ ਦੇ ਕੋਲ ਉਹ ਨਹੀਂ ਨਹੀਂ ਇਹ ਹੀ ਹੈ ਜਿਹੜਾ ਤੁਹਾਨੂੰ ਦੱਸਿਆ ਇਹ ਹੀ ਲੈਣੇ ਜੁੱਟੀ ਆ ਸਾਲ ਸੱਚੇ ਤੁਹਾਨੂੰ ਮੈਂ ਇਹ ਪੁੱਛਣਾ ਕਿ ਮੈਂ ਦੋਸਤਾਂ ਨੂੰ ਆਖਿਆ ਲੀਸੀ ਜੀ ਕੀ ਖੈਰ ਤਾਂ ਇਹ ਮੌਸਮ ਪਾਣੀ ਸ਼ਾਣੀ ਤਾਂ ਪੀਂਦੀਆਂ ਕੋਈ ਨਹੀਂ ਜੀ ਪੱਟੇ ਹੀ ਖਾਣੇ ਹੁੰਦੇ ਨੇ ਪਾਣੀ ਸ਼ਾਣੀ ਪੀਵੇਂ ਤਾਂ ਕੋਈ ਵੱਕੀ ਕੱਢੇ ਨੇ ਪੱਠੇ ਵੀ ਗੁਰਾ ਜਿਵੇਂ ਖਵਾਓ ਚਾਹ ਤਾਂ ਚਲੋ ਮੋਟੀ ਵੀ ਹੋ ਜਾਏ ਬਿਲਕੁਲ ਦੋਸਤੋ ਹੈ ਤਾਂ ਵਾਕਈ ਇੱਕ ਤਾਂ ਸੂਵੀ ਹੋਈ ਸੱਜੀ ਹੈ ਦੂਸਰਾ ਵਾਕਈ ਸਾਡੇ ਕੋਲ ਤਾਂ ਠੰਡ ਬੜੀ ਪੈਂਦੀ ਵੀ ਤੁਹਾਡੇ ਆਪਣੇ ਆਪਣੇ ਇਲਾਕੇ ਨੂੰ ਕੀ ਹਿਸਾਬ ਹੈ ਅਤੇ ਠੀਕ ਹੈ ਮਾਸ਼ਾਅੱਲਾ ਛੋਟੀ ਜੀ ਹੈ ਨਾ ਗਣੀ ਛੋਟੀ ਹੈ ਉਂਝ ਕਾਹਦ ਕੁਝ ਠੀਕ ਹੈ ਸੀ ਅਤੇ ਹੈ ਥੋੜ੍ਹੀ ਜਿਹੀ ਲੀਸੀ ਇਹ ਤਾਂ ਤੁਹਾਡੇ ਖੁਰਾਕ 'ਤੇ ਡਿਪੈਂਡ ਕਰਦਾ ਮਾਸ਼ਾਅੱਲਾ ਚੰਗੀ ਹੈ ਘਰ ਦੀ ਝੋਟੀ ਹੈ ਰੱਖਣ ਵਾਲੀ ਹੈ ਘਰ ਦੀ ਝੋਟੀ ਚਲੋ ਅੱਲਾ ਖੈਰ ਕਰੇ ਤੁਸੀਂ ਫਾਈਨਲ ਜੇ ਜਿਹੜੀ ਹੈ ਨਾ ਕੀਮਤ ਦੱਸੋ ਵੀ ਤੁਸੀਂ ਕਿੰਨੀ ਲਵਣੀ ਹੈਗੀ ਉਹ ਦੱਸੋ ਬਾਕੀ ਤੁਸੀਂ 160 ਤਾਂ ਮੰਗ ਲਿਆ 1,55 1,55 ਹਾਂਜੀ ਨਹੀਂ ਕੋਈ ਫਾਈਨਲ ਦੱਸੋ ਨਹੀਂ ਨਹੀਂ ਇਸ ਤੋਂ ਬਾਅਦ ਫਾਈਨਲ ਦੱਸੋ ਜਾ ਵੀ ਜਿਹੜੇ ਤੁਹਾਨੂੰ ਬਾਈ ਹੋਇਆ ਅਗਰ ਸਾਡੇ ਕੋਲ ਦੋਸਤ ਹੁੰਦੇ ਨੇ ਪਿਆਰ ਮੁਹੱਬਤ ਹੋ ਜਾ ਸੀਗੇ ਫਿਰ ਵੇਖਿਆ ਜਾ ਸੀ ਬਾਕੀ ਇਸ ਥੱਲੇ ਨਹੀਂ ਜੀ ਠੀਕ ਹੋ ਗਿਆ 1,55,000 ਰੁਪਈਆ ਦਾ 10 ਰਨ 3 ਦਿਨ ਦੀ ਸੂਵੀ ਹੋਈ ਹੈ ਅਤੇ ਥੱਲੇ ਕੱਟੀ ਸੂ ਕੱਟੀ ਵੀ ਖਾਓ ਨਾ ਦੋਸਤੋ ਇਹਨੂੰ ਉਠਾਵਿਓ ਜੇ ਮਾਂ ਨਾਲੋਂ ਤਾਂ ਕੱਟੀ ਮੰਗੀ ਕੱਟੀ ਮਾਸ਼ਾਅੱਲਾ ਦੋਸਤੋ ਸੋਹਣੀ ਹੈ ਬੜੀ ਖੂਬਸੂਰਤ ਉਤਾਂ ਦਿਖਾਓ ਨਾ ਖੁਲਵਾ ਕੇ ਪਿਛਲੇ ਪੈਰ ਚਿੱਟੇ ਸੀ ਪੈਰ ਵੀ ਅੱਛੀ ਤਰ੍ਹਾਂ ਦਿਖਾਓ ਅਤੇ ਅਗਲੇ ਥੋੜ੍ਹੇ ਥੋੜ੍ਹੇ ਚਿੱਟੇ ਸੀ 5 ਕਲਿਆਣ ਹੀ ਤਕਰੀਬਨ ਗਿਣੀ ਜਾਂਦੀ ਹੈ ਮੁਕੰਮਲ ਅਤੇ ਅਗਲੇ ਪੈਰ ਚਿੱਟੇ ਨਹੀਂ ਸੂ ਲੇਕਿਨ ਕੋਈ ਥੋੜ੍ਹੇ ਥੋੜ੍ਹੇ ਚਿੱਟੇ ਹੀ ਸੂਗੇ ਪਿਛਲੇ ਤਾਂ ਮਾਸ਼ਾਅੱਲਾ ਬਿਲਕੁਲ ਜਿਹੜਾ ਨਾ ਸੌਖੀ ਕੱਟੀ ਹੈ ਬਿਲਕੁਲ ਜਿਵੇਂ ਬਾਈ ਦੱਸ ਰਹਿੰਦਾ ਵੀ 3 ਦਿਨਾਂ ਦੀ ਤਾਂ ਮਾਸ਼ਾਅੱਲਾ ਚੰਗੀ ਤਰੱਕੜੀ ਅਤੇ ਸੌਖੀ ਕੱਟੀ ਹੈ ਕਿਉਂਕਿ ਫਿਰ ਬੋਲਾ ਵਗੈਰਾ 2 ਦਿਨ ਦਾ ਮਤਲਬ ਕਿ ਇਹਨੂੰ ਛੱਡਦੇ ਹਨ ਚੰਗਾ ਪਹਿਲਾਂ ਇਹਦੇ ਬਾਹਰ ਆ ਜਾਓ ਜੀ ਇੱਥੇ ਦੋਸਤੋ ਵਿਖਾ ਦਿੱਤੇ ਤੁਹਾਨੂੰ ਬੱਚਾ ਵੀ ਵਿਖਾਇਆ ਹੁੰਦਾ ਕੱਟੀ ਸੋ ਥੱਲੇ ਬਾਕੀ ਤੁਸੀਂ ਆਪ ਵੇਖ ਲਈ ਤਾਰੀਫ ਮੈਂ ਕੋਈ ਨਹੀਂ ਕਰਨੀ ਬਾਕੀ ਚੀਜ਼ ਜੋ ਵੀ ਹੈ ਤੁਹਾਡੇ ਸਾਹਮਣੇ ਹੈਗੀ ਅੱਛਾ ਬਾਈ ਆਪਣਾ ਨੰਬਰ ਤੁਸੀਂ ਬੋਲਿਆ 0348-15-73-914 0348-15-73-914 ਇਹ ਤੁਹਾਡੇ ਉਸ ਬਾਈ ਦਾ ਹੈ ਇਹ ਇਹਨਾਂ ਦੇ ਬਾਈ ਦਾ ਉਹਨਾਂ ਦਾ ਨਾਮ ਮੁਹੰਮਦ ਸ਼ਾਹਬਾਜ਼ ਉਹਨਾਂ ਦਾ ਨਾਮ ਹੈ ਅਤੇ ਇਹ ਉਹਨਾਂ ਦੇ ਛੋਟੇ ਬਾਈ ਨੇ ਅਤੇ ਸਟੂਡੈਂਟ ਹਨ ਬਾਕੀ ਇਹ ਉਹਨਾਂ ਨਾਲ ਤੁਸੀਂ ਇਨਸ਼ਾਅੱਲਾ ਕਰ ਸੋ ਨਾ ਫਾਈਨਲ ਅਸੀਂ ਵੀ ਪਿਆਰ ਮੁਹੱਬਤ ਕਰਵਾ ਲਏ ਸਨ ਤੁਸੀਂ ਦੋਸਤੋ ਉਹਨਾਂ ਨਾਲ ਵੀ ਰਾਬਤਾ ਕਰ ਸਕਦੇ ਹੋ ਸਾਡੇ ਨਾਲ ਵੀ ਕਰ ਸਕਦੇ ਹੋ ਅਤੇ ਦੋਸਤੋ ਇੱਧਰੋਂ ਗੱਲ ਮੁਕੰਮਲ ਹੋ ਗਈ ਇੱਕ ਛੋਟੀ ਜਿਹੀ ਰਿਕੁਐਸਟ ਹੈ ਸਾਡੇ ਦੋਸਤ ਹਨ ਇਹ ਸਾਨੂੰ ਹੁਕਮ ਹੋਇਆ ਅੱਜ ਹਾਜੀ ਅਬਦੁਲ ਰਸ਼ੀਦ ਸਾਹਿਬ ਦੀ ਤਰਫੋਂ ਆਪਣਾ ਸਜਾਦ ਵਡਾਇਤ ਸਾਹਿਬ ਦੀ ਤਰਫੋਂ ਉਹਨਾਂ ਦੀ ਤਰਫ ਉਹਨਾਂ ਨੇ ਕਿਹਾ ਕਿ ਇਹਨਾਂ ਦੋਸਤਾਂ ਦਾ ਲਾਜ਼ਮੀ ਨਾਮ ਲੈਣਾ 92 ਐਨੀਮਲ ਟੀਵੀ 92 ਐਨੀਮਲ ਟੀਵੀ ਮੁਹੰਮਦ ਸਾਜਿਦ ਹਨ ਇਹ ਵੀ ਸਾਡੇ ਦੋਸਤ ਹਨ ਅਤੇ ਐਮ ਨੂਰ ਟੀਵੀ ਉਹ ਵੀ ਸਾਡੇ ਦੋਸਤ ਹਨ ਗੋਹਰ ਅਲੀ ਨੌਲ ਆਰ ਐਫ ਵਾਲੇ ਤੋਂ ਹਨ ਉਹ ਵੀ ਨੀਲੀ ਦੀਆਂ ਮੱਝਾਂ ਦਿਖਾਉਂਦੇ ਨੇ ਮਾਸ਼ਾਅੱਲਾ ਅੱਛਾ ਕੰਮ ਕਰ ਰਹੇ ਨੇ ਅੱਲਾ ਪਾਕ ਇਹਨਾਂ ਨੂੰ ਵੀ ਇੱਜ਼ਤ ਦੇਵੇ ਕਾਮਯਾਬੀ ਦੇਵੇ ਦੋਸਤੋ ਅਸੀਂ ਇਸ ਕਾਬਿਲ ਤਾਂ ਨਹੀਂ ਹੈ ਪ੍ਰਮੋਟ ਕਰਾਵਾਂਗੇ ਲੇਕਿਨ ਫਿਰ ਵੀ ਜਿਹੜੇ ਕੋਈ ਸਾਡੇ ਤੁਸੀਂ ਦੋਸਤੋ ਲਾਜ਼ਮੀ ਸਬਸਕ੍ਰਾਈਬ ਕਰਾਇਆ ਉਹਨਾਂ ਨੂੰ ਠੀਕ ਹੈ ਦੋਸਤੋ ਸਾਰਾ ਕੁਝ ਤੁਹਾਨੂੰ ਵਿਖਾ ਦਿੱਤਾ ਦੱਸ ਦਿੱਤਾ
ਅਸੀਂ ਕਹਿੰਦੇ ਸਾਡੇ ਚੈਨਲ ਨੂੰ ਕਰੋ ਸਬਸਕ੍ਰਾਈਬ, ਬੈੱਲ ਆਈਕਨ ਦਾ ਬਟਨ ਜ਼ਰੂਰ ਪ੍ਰੈਸ ਕਰੋ ਤਾਂ ਕਿ ਸਾਡੀ ਹਰ ਆਉਣ ਵਾਲੀ ਵੀਡੀਓ ਬਿਲਕੁਲ ਆਸਾਨੀ ਦੇ ਨਾਲ ਤੁਹਾਡੇ ਤੱਕ ਪਹੁੰਚ ਸਕੇ। ਮਿਲਾਂਗੇ ਦੋਸਤੋ ਅਗਲੀ ਵੀਡੀਓ ਤੱਕ, ਇਜਾਜ਼ਤ ਦਿਓ, ਅੱਲਾਹ ਹਾਫਿਜ਼।